ਸੱਚੀ ਗੱਲ ਕਿਸਾਨ ਵੀਰੋ ਮੈਂ ਇੰਜੀਨੀਅਰ ਗੁਰਵਿੰਦਰ ਸਿੰਘ ਕਿਸਾਨ ਵੀਰੋ ਅੱਜ ਤਕਰੀਬਨ 22 ਜੁਲਾਈ ਹੋ ਚੁੱਕੀ ਹੈ ਤਾਂ ਮੈਂ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਜੋ ਇਸ ਟਾਈਮ ਤੇ ਬਹੁਤ ਜ਼ਰੂਰੀ ਨੇ ਕਿਸਾਨ ਵੀਰੋ ਅਖੀਰਲੀ ਜੋ ਆਪਣੀ ਝੋਨੇ ਦੀ ਵੈਰਾਈਟੀ ਹੁੰਦੀ ਹੈ ਜੋ ਸਭ ਤੋਂ ਲੇਟ ਆਪਾਂ ਬੀਜ ਸਕਦੇ ਆ ਸਭ ਤੋਂ ਪਹਿਲਾਂ ਵਾ ਸਕਦੇ ਉਹ ਹੁੰਦੀ ਹੈ PR126 ਤਾਂ PR126 ਦੀ ਵੀ ਜੋ ਲਵਾਈ ਦਾ ਟਾਈਮ ਹੈ ਉਹ ਸਿਰਫ 2-3 ਦਿਨ ਮੈਕਸਿਮਮ ਰਹਿ ਚੁੱਕਿਆ ਪਰ ਇਸ ਵਾਰ ਜੋ ਆਪਣੇ ਜੋ ਆਪਣੇ ਹਾਲਾਤ ਬਣੇ ਨੇ ਉਸ ਦਾ ਹਰਜਾਨਾ ਭਰਨਾ ਬਹੁਤ ਹੀ ਔਖਾ ਹੈ ਹੁਣ ਕਈ ਕਿਸਾਨ ਵੀਰ ਦਾ ਝੋਨਾ ਜੋ ਤਬਾਹ ਚ ਹੋ ਚੁੱਕਾ ਕੋਈ ਕਿਸਾਨ ਵੀਰ ਹੁਣ ਝੋਨਾ ਅਜੇ ਤਿਆਰੀ ਵਿੱਚ ਨੇ ਕਈ ਇਹ ਜੇ ਪਨੀਰੀ ਦੀ ਬਜਾਈ ਕਰ ਰਹੇ ਨੇ ਤਾਂ ਆਪਾਂ ਅੱਜ ਇਸ ਵੀਡੀਓ 'ਚ ਇਹੀ ਗੱਲ ਕਰਾਂਗੇ ਕਿ ਕੀ ਕਰ ਸਕਦੇ ਹੁਣ ਕਿਹੜੇ ਕਿਹੜੇ ਸਵਾਲ ਮੈਨੂੰ ਆ ਰਹੇ ਸੀ ਬਹੁਤ ਸਾਰੇ ਕਮੈਂਟ ਆ ਰਹੇ ਸੀ ਕਿਵੇਂ ਸਭ ਤੋਂ ਪਹਿਲਾਂ ਕਮੈਂਟ ਇਹ ਸੀ ਕਿ ਆਪਾਂ 40 ਦਿਨ ਦੀ ਪਨੀਰੀ ਲਗਾ ਸਕਦੇ ਹਾਂ ਕਈ ਕਿਸਾਨ ਵੀਰਾਂ ਕੋਲ ਪ੍ਰਾਣੀ ਪਨੀਰੀ 100 ਦਾਸ ਦੀ ਪਈ ਹੋਈ ਹੈ 131 ਦੀ ਪਈ ਹੋਈ ਹੈ ਉਹ ਕਮੈਂਟ ਕਰ ਰਿਹਾ ਹੈ ਕਿ ਆਪਾਂ 40 ਦਿਨ ਦੀ ਹੋਗੀ ਉਹਨੂੰ ਲਾ ਲਿਏ ਸਭ ਤੋਂ ਪਹਿਲਾਂ ਤਾਂ ਮੈਂ ਇਹ ਗੱਲ ਕਰਾਂਗੀ ਜੋ 131 ਜਾਂ 110 ਆ ਵੈਰਾਈਟੀ ਹੋਣ ਉਹ ਨਹੀਂ ਲੱਗਣੀ ਨਾ ਪਾ ਉਸ ਨੂੰ ਲਗਾ ਸਕਦੇ ਆ ਨਾ ਉਸ ਦੀ 40 ਦਿਨ ਦੀ ਪਣੀ ਲਗਾ ਸਕਦੇ ਠੀਕ ਹੈ ਤੁਸੀਂ 131 110 ਜਾਂ ਹੋਰ ਵੈਰਾਈਟੀ ਨੂੰ ਤਾਂ ਭੁੱਲ ਹੀ ਜਾਓ ਓਕੇ ਇਸ ਟਾਈਮ ਤੇ ਵੈਰਾਈਟੀ ਆਪਣੇ ਕੋਲ ਰਹਿ ਜਾਂਦੀ 1847 ਤੇ 126 ਸਿਰਫ ਦੋ ਵੈਰਾਈਟੀਆਂ 126 ਦੀ ਵੀ ਪਣੀਰੀ ਜੇਕਰ ਤੁਸੀਂ ਮੈਕਸੀਮਮ 35 ਦਿਨ ਦੀ ਲਾਉਂਦੇ ਜੇ ਤਾਂ ਹੀ ਉਹ ਸਕਸੈਸਫੁਲ ਹੈ ਆਪਣੇ ਕੱਦੂ ਦੇ ਵਿੱਚ 35 ਦਿਨ ਤੋਂ ਉੱਪਰ ਜੇ ਪਨੀਰੀ ਜਾਊਗੀ 126 ਦੀ ਐ 47 ਦੀ ਐ ਤਾਂ ਉਹ ਕਦੀ ਵੀ ਝਾੜ ਨਹੀਂ ਦੇएगी ਤੁਹਾਨੂੰ ਉਹ ਤਾਂ ਆਪਾਂ ਸਿਰਫ ਇੱਕ ਤਰ੍ਹਾਂ ਦਾ ਖੇਤ ਹੀ ਭਰ ਰਹੇ ਆ ਕਿਸਾਨ ਵੀਰ ਕੀ ਕਰਦੇ ਨੇ ਗਵਾਂਡੇ ਦੀ ਪਨੀਰੀ ਪਈ ਹੋਈ ਐ ਪਤਾ ਨਹੀਂ ਉਹਨੇ ਕਦੋਂ ਬੀਜੀ ਐ ਕੀ ਟਾਈਮ ਐ ਉਹਦਾ ਬਸ ਪਨੀਰੀ ਹੈਗੀ ਐ ਚਲੋ ਠੀਕ ਇੱਕ ਫੁੱਟ ਪਨੀਰੀ ਹੋ ਚੁੱਕੀ ਐ ਤਾਂ ਕਿਸਾਨ ਵੀਰ ਉਹ ਜਿਹੜੀ ਪਨੀਰੀ ਜੋ ਟਾਈਮ ਉਹਨੇ ਕੱਦੂ ਵਿੱਚ ਲੈਣਾ ਜੇ ਉਹ ਪਨੀਰੀ ਵਿੱਚ ਹੀ ਘੜਤਾ ਤੁਸੀਂ ਆਪ ਸੋਚੋ ਕਿ ਉਹ ਕੀ ਝਾੜ ਦੇਗੀ ਪਨੀਰੀ ਤਾਂ ਉਹ ਐ ਜੋ ਸਭ ਤੋਂ ਨਰਮ ਤੋਂ ਨਰਮ ਪਨੀਰੀ ਐ ਜੋ ਕੱਦੂ ਦੇ ਵਿੱਚ ਲੱਗ ਗਈ ਜਿਨੇ ਘੱਟ ਤੋਂ ਘੱਟ ਟਾਈਮ ਆਪਣਾ ਨਰਸਰੀ ਵਿੱਚ ਦਿੱਤਾ ਵੱਧ ਤੋਂ ਵੱਧ ਟਾਈਮ ਆਪਣਾ ਕੱਦੂ ਵਿੱਚ ਦਿੱਤਾ ਉਹੋ ਹੀ ਪਨੀਰੀ ਦਾ ਝਾੜ ਆਉਣਾ ਤਾਂ ਇਸ ਤਰ੍ਹਾਂ ਕਦੀ ਨਾ ਕਰੋ 40 ਦਿਨ ਦੀ 45 ਦਿਨ ਦੀ ਪਨੀਰੀ ਲਾਉਣੀ ਹੀ ਨਹੀਂ ਐ ਫੋਰ ਕਿਤੋਂ ਪਨੀਰੀ ਮਿਲਦੀ ਐ ਲੈ ਲਓ ਠੀਕ ਐ ਅੱਬਲ ਤਾਂ ਪਨੀਰੀ ਅਸਵਾਰ ਤਾਂ ਮੋਲੀ ਮਿਲਦੀ ਐ ਉਹ ਵੀ ਬਹੁਤ ਜ਼ਿਆਦਾ ਕਿਸਾਨ ਵੀਰਾਂ ਨੇ ਆਪਣੇ ਵੀਰ ਉਹ ਵੀ ਉਹਨਾਂ ਵੀ ਬਹੁਤ ਅੱਗ ਲਗਾਈ ਹੋਈ ਐ ਜਿੱਥੇ ਹਜ਼ਾਰ ਨੂੰ ਮਰਲਾ ਮਿਲਦਾ ਸੀ 2000 3000 ਕੀਤਾ ਹੋਇਆ ਤਾਂ ਆਪਣੇ ਹੀ ਆਪਣੇ ਨੂੰ ਲੁੱਟ ਰਿਹਾ ਹੋਰ ਤਾਂ ਕੋਈ ਗੱਲ ਨਹੀਂ ਬਾਕੀ ਮੇਰਾ ਤਾਂ ਵੀਡੀਓ ਵਿੱਚ ਇਹੀ ਐ ਕੀ ਪਨੀਰੀ ਵੱਧ ਤੋਂ ਵੱਧ 35 ਦਿਨ ਦੀ ਲਾਓ 126 ਤੇ 1847 ਦੀ ਸਿਰਫ ਬੁਜਾਈ ਕਰ ਸਕਦੇ ਹੋਰ ਕਿਸੇ ਵੈਰਾਈਟੀ ਦੀ ਬੁਜਾਈ ਨਹੀਂ ਕਰ ਸਕਦੇ ਕਿਉਂਕਿ ਬਾਅਦ ਚ ਮੌਸਮ ਠੰਡਾ ਹੋ ਜਾਂਦਾ ਉਹ ਨਹੀਂ ਪੱਕਣੀ ਠੀਕ ਹੈ ਠੰਡੇ ਮੌਸਮ ਵਿੱਚ ਅੱਜ ਨੂੰ ਹੁਣ ਹੀ ਜਿਹੜੀ ਆਪਾਂ ਪਨੀਰੀ ਲਾ ਲਈ ਉਹ ਵੀ ਬਹੁਤ ਔਖੀ ਇਸ ਟਾਈਮ ਤੇ ਜਾ ਕੇ ਅਕਤੂਬਰ ਤੇ ਲਾਸਟ ਚ ਪੱਕੇਗੀ ਤਾਂ ਇਹੇ ਜੋ ਗੱਲਾਂ ਥੋੜੀਆਂ ਕਿ ਧਿਆਨ ਰੱਖੋ ਜੇਕਰ ਆਪਣੀ ਜ਼ਮੀਨ ਕੱਦੂ ਕਾਰੀ ਲਿਆ ਤਾਂ ਆਪਾਂ ਉਸ ਦੇ ਉੱਪਰ ਇਹੀ ਜੀ ਪਨੀਰੀ ਨਾਲ ਲਾ ਦੀਏ ਕਿ ਉਹ ਆਪਾਂ ਨੂੰ 2-3 ਮਹੀਨੇ ਬਾਅਦ ਦੇ ਪਤਾ ਲੱਗੇ ਵੀ ਕੁਝ ਨਹੀਂ ਨਿਕਲਿਆ ਝਾੜ ਨਹੀਂ ਕਿਲੇ ਨਹੀਂ ਠੀਕ ਹੈ ਇੱਕ ਦੇ ਜੋ ਵੈਰਾਈਟੀ ਹੈ ਉਹ ਫੇਲ ਹੋ ਜਾਏਗੀ ਤਾਂ ਕੁਝ ਕੁ ਗੱਲਾਂ ਦਾ ਧਿਆਨ ਰੱਖਿਓ ਬਾਕੀ ਕੁਝ ਨਹੀਂ ਸਭ ਦੇ ਨਾਲ ਸਮਾਂ ਆਏਗਾ ਚੜ੍ਹਦੀ ਕਲਾ 'ਚ ਰਹੋ ਮੇਰੀ ਇਸ ਵੀਡੀਓ ਵਿੱਚ ਇੰਨੇ ਹੀ ਧੰਨਵਾਦ ਜੀ